ਜਿੰਨੀ ਕੁ ਵੀ ਸੰਗਤ ਬੈਠੀ ਹੈ, ਮੇਰੀਆਂ ਮਾਤਾਵਾਂ ਭੈਣਾਂ ਔਰ ਮੁੱਠੀ ਕੁ ਭਰ ਤੁਸੀਂ ਸਾਰੇ ਸਤਿਗੁਰ ਦੇ ਦਰਬਾਰ 'ਚ ਬੈਠੇ ਹੈ, ਆਓ ਇਸ ਸ਼ੁਭ ਉਪਲਕਸ਼ ਦੇ ਵਿੱਚ ਆਪੋ ਆਪਣੀ ਹਾਜ਼ਰੀ ਅਸੀਂ ਸਤਿਗੁਰ ਦੇ ਦਰਬਾਰ 'ਚ ਲਗਾਈਏ। ਪਹਿਲਾਂ ਮੈਂ ਬੋਲਾਂਗਾ, ਫਿਰ ਤੁਸੀਂ ਵੀ ਮਿਲ ਕੇ ਬੋਲਣਾ ਹੈ ਸਾਰਿਆਂ ਨੇ। ਹਰੇ ਰਾਮ 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 ਹਰੇ 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 ਰਾਮ 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 ਹਰੇ 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 ਰਾਮ 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 ਹਰੇ ਰਾਮ ਹਰੇ ਰਾਮ ਰਾਮ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕ੍ਰਿਸ਼ਨਾ ਕ੍ਰਿਸ਼ਨਾ ਹਰੇ ਹਰੇ ਕ੍ਰਿਸ਼ਨਾ ਕ੍ਰਿਸ਼ਨਾ ਹਰੇ ਰਾਮ 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 ਹਰੇ ਹਰੇ ਰਾਮ 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 ਹਰੇ ਸਾਰੇ ਬੋਲੋ ਭਾਈ ਹਰੇ ਕ੍ਰਿਸ਼ਨ 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 ਹਰੇ ਰਾਮ 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 ਹਰੇ ਰਾਮ ਹਰੇ ਰਾਮ 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 ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ ਰਾਮ ਹਰੇ ਰਾਮ 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 ਹਰੇ ਰਾਮ ਹਰੇ ਰਾਮ 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 ਹਰੇ ਤੁਲਸੀ ਉਲਟਾ ਸੁਲਟਾ ਉਪਜੈ ਜਿਉਂ ਖੇਤਨ ਮੇਂ ਬੀਜ
ਉਲਟਾ ਸੁਲਟਾ ਉਪਜੈ ਜਿਉਂ ਖੇਤਨ ਮੇਂ ਬੀਜ, ਤੁਲਸੀ ਆਪਣੇ ਰਾਮ ਕੋ ਭਜ, ਚਾਹੇ ਹੱਸ ਚਾਹੇ ਖੀਜ। ਬੰਡੀ ਛੋੜ ਕਹਿੰਦੇ ਆ, ਅਗਰ ਖੇਤ ਦੇ ਵਿੱਚ ਬੀਜ ਸਿੱਟਿਆ ਜਾਵੇ, ਚਾਹੇ ਛਿੱਟਾ ਮਾਰਦੇ ਆ, ਤੁਸੀਂ ਇਹ ਨਹੀਂ ਦੇਖਦੇ ਕਿ ਬੀ ਉਲਟਾ ਗਿਰਿਆ ਹੈ ਕਿ ਸਿੱਧਾ ਗਿਰਿਆ ਹੈ, ਉਹ ਜੰਮ ਜਾਇਆ ਕਰਦਾ ਹੈ। ਇਸੀ ਤਰ੍ਹਾਂ ਅਗਰ ਰਾਮ ਦਾ ਨਾਮ ਤੁਸੀਂ ਜਪਦੇ ਹੋ, ਚਾਹੇ ਹੱਸ ਕੇ ਜਪਦੇ ਹੋ, ਚਾਹੇ ਰੋ ਕੇ ਜਪਦੇ ਹੋ, ਉਹਦਾ ਫਲ ਜ਼ਰੂਰ ਮਿਲਿਆ ਕਰਦਾ ਹੈ। ਇਸ ਲਈ ਤੁਸੀਂ ਜਿੰਨੇ ਵੀ ਬੈਠੇ ਹੈ, ਮੁੱਠੀ ਭਰ ਅਸੀਂ ਬੈਠੇ ਹੈ, ਮੂੰਹ ਸੁੱਚਾ ਕਰੋ ਭਾਈ, ਸਾਰੇ ਹੀ ਬੋਲੋ ਪ੍ਰੇਮ ਦੇ ਨਾਲ, ਹਰੇ ਰਾਮ ਰਾਮ ਹਰੇ ਕ੍ਰਿਸ਼ਨ। ਤੁਹਾਡਾ ਭਲਾ ਹੋ ਜਾਵੇ ਭਾਈ, ਸਿਰਫ ਦਿਖਾੜਾ ਨਹੀਂ ਹੈ। ਅਗਰ ਰਾਮ ਦਾ ਨਾਮ ਤਾਂ ਕਹਿੰਦੇ ਝੂਠੀ ਮੁੱਠੀ ਵੀ ਲੈ ਲਓ, ਕਈ ਵਾਰ ਅਸੀਂ ਝੂਠੇ ਹੀ ਲੈ ਲੈਂਦੇ ਰਾਮ ਦਾ ਨਾਮ, ਮਨ ਚ ਚਾਹੀ ਗਾਲਾਂ ਹੀ ਕੱਢਦੇ ਹੁਣ, ਫਿਰ ਵੀ ਕਈ ਵਾਰ ਅਸੀਂ ਰਾਮ ਰਾਮ ਬੋਲ ਦਿੰਦੇ ਹਾਂ। ਕਹਿੰਦੇ ਜੇ ਝੂਠ ਵੀ ਬੋਲ ਦੋ ਤਾਂ ਵੀ ਕਲਿਆਣ ਹੋ ਜਾਇਆ ਕਰਦਾ। ਭਗਵਾਨ ਤੁਹਾਡੀ ਨਹੀਂ, ਆਪਣੇ ਨਾਮ ਦੀ ਪਤ ਰੱਖ ਲੈਂਦੇ ਆ। ਬੋਲੋ ਬੰਦੀ ਛੋੜ ਮਹਾਰਾਜ ਕੀ ਜੈ। ਬੋਲੋ ਬੰਦੀ ਛੋੜ ਮਹਾਰਾਜ ਕੀ ਜੈ। ਐਦੀ ਕਹਿੰਦੇ ਬਹੁਤ ਸਮੀਪ, ਪਹਿਲੀ ਗੱਲ ਹੈ ਪੰਜਾਬ ਦੀ ਹੋਈ ਗੱਲ ਹੈ, ਜਦ ਪੰਜਾਬ ਵੰਡ ਨਹੀਂ ਹੋਇਆ ਤਾਂ ਹਿਮਾਚਲ ਹਰਿਆਣਾ ਪੰਜਾਬ ਇਕੱਠਾ ਹੋਇਆ ਕਰਦਾ ਸੀ। ਬੋਲੋ ਬੰਦੀ ਛੋੜ ਮਹਾਰਾਜ ਕੀ ਜੈ। ਤਾਂ ਪਿਆਰਿਓ ਤੁਸੀਂ ਮਾਲਪੁਰ ਗਏ, ਹੁਣੇ ਪੰਜਾਬ ਦੀ ਹੋਈ ਗੱਲ ਹੈ। ਮਾਲਪੁਰ ਤੋਂ ਜਦੋਂ ਅਸੀਂ ਫਗਵਾੜੇ ਨੂੰ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਕੋਟ ਫਤੂਹੀ ਇੱਕ ਪਿੰਡ ਆਉਂਦਾ ਹੈ, ਔਰ ਕੋਟ ਫਤੂਹੀ ਤੋਂ ਥੋੜ੍ਹੀ ਦੂਰ ਇੱਕ ਪਿੰਡ ਹੈ ਜਿਹਦਾ ਨਾਮ ਪੰਚ ਨੰਗਲਾ ਹੈ। ਕਹਿੰਦੇ ਉਸ ਪੰਚ ਨੰਗਲਾ ਦੇ ਵਿੱਚ ਅੱਜ ਤੋਂ ਬਹੁਤ ਸਮਾਂ ਪਹਿਲਾਂ ਜਦੋਂ ਰਾਜਿਆਂ ਮਹਾਰਾਜਿਆਂ ਦਾ ਰਾਜ ਹੁੰਦਾ ਸੀ, ਉਸ ਪੰਚ ਨੰਗਲਾ ਪਿੰਡ ਦੇ ਵਿੱਚ, ਪਿੰਡ ਨੀ ਬੜਾ ਹੀ ਘਣਾ ਜੰਗਲ ਹੁੰਦਾ ਤਾਂ ਪਿਆਰਿਓ, ਬੋਲੋ ਬੰਦੀ ਛੋੜ ਮਹਾਰਾਜ ਕੀ ਜੈ। ਔਰ ਉਸ ਜੰਗਲ ਦੇ ਵਿੱਚ ਇੱਕ ਟੋਭਾ ਤਾਂ, ਔਰ ਟੋਭੇ ਦੇ ਉੱਤੇ ਬਹੁਤ ਜਾਨਵਰ ਪਾਣੀ ਪੀਣ ਆਇਆ ਕਰਦੇ ਤੇ, ਔਰ ਟੋਭੇ ਦੇ ਵਿੱਚ ਬਹੁਤ ਵਧੀਆ ਵਧੀਆ ਸੁੰਦਰ ਮੱਛੀਆਂ ਵੀ ਰਿਹਾ ਕਰਦੀਆਂ ਤੀਆਂ ਪਿਆਰਿਓ। ਤਾਂ ਉਸੀ ਪੰਚ ਨੰਗਲਾ ਪਿੰਡ ਦੇ ਇੱਕ ਵਸਨੀਕ ਦੇ ਝੀਰਾਂ ਦੇ ਵਿੱਚੋਂ ਜਿਹਦਾ ਨਾਮ ਕਾਲੂ ਝੀਰ ਦਾ, ਬੋਲੋ ਬੰਦੀ ਛੋੜ ਮਹਾਰਾਜ ਕੀ ਜੈ। ਲੋਕ ਨੂੰ
ਕਾਲੂ ਕਿਹਾ ਕਰਦੇ ਤੇ ਝੀਰਾਂ ਚੋਂ ਸੀ ਉਹ ਉਹਨੇ ਕਿਆ ਕਰਨਾ ਟੋਬੇ ਦੇ ਵਿੱਚ ਜਾਲ ਹਰ ਵੇਲੇ ਵਿਸ਼ਾਕੀ ਰੱਖਣਾ ਕਿ ਕਦੋਂ ਮੱਛੀਆਂ ਆਵੇ ਵੀ ਕਦੋਂ ਫੜ ਲੈ ਮੈਂ ਔਰ ਟੋਬੇ ਪਰ ਜਿਹੜਾ ਪਾਣੀ ਪੀਣ ਵੀ ਕੋਈ ਆਉਂਦਾ ਤਾਂ ਉਹਦਾ ਵੀ ਸ਼ਿਕਾਰ ਕਰ ਲੈਂਦਾ ਤਾਂ ਕਾਲੂ ਝੀਰ ਤਾਂ ਪਿਆਰਿਓ ਉਸੇ ਨਗਰ ਦੇ ਵਿੱਚ ਪੁਰਾਣੇ ਸਮੇਂ 'ਚ ਤੁਸੀਂ ਦੇਖਿਆ ਹੋਣਾ ਪਿੰਡ ਕਾਫੀ ਹੁੰਦੇ ਤੇ ਔਰ ਪਿੰਡਾਂ ਦੇ ਇੱਕ ਛੋਟੇ ਛੋਟੇ ਰਾਜੇ ਹੁੰਦੇ ਤੇ ਔਰ ਉਹਨਾਂ ਤੋਂ ਵੀ ਉੱਪਰ ਇੱਕ ਮਹਾਰਾਜੇ ਹੁੰਦੇ ਤੇ ਪਿਆਰਿਓ ਤਾਂ ਇੱਕ ਵਾਰ ਕਹਿੰਦੇ ਉਸ ਨਗਰ ਦੇ ਵਿੱਚ ਜਿੱਥੇ ਕਾਲੂ ਝੀਰ ਰਹਿੰਦਾ ਤਾਂ ਜਿਹੜੀ ਰਿਆਸਤ ਉਸ ਕਾਲੂ ਝੀਰ ਦੇ ਨਗਰ ਦੇ ਅਕੋਰਡਿੰਗ ਆਉਂਦੀ ਸੀ ਉੱਥੇ ਦੇ ਰਾਜੇ ਦੇ ਕੋਲ ਸੰਤਾਂ ਦਾ ਟੋਲਾ ਆਇਆ ਬੋਲੋ ਵਨੀ ਸ਼ੋਰ ਔਰ ਸੰਤ ਆਏ ਸੰਤ ਬੜੇ ਪਰਮਾਰਥੀ ਸ਼ੀਤਲ ਜਿਨਕੇ ਅੰਗ ਤਪਤ ਵਧਾ ਬੁਝਾਵੇ ਔਰ ਕੀ ਦੇਵੇ ਆਪਣਾ ਰੰਗ ਕਹਿੰਦੇ ਸੰਤ ਏਦਾਂ ਦੇ ਹੁੰਦੇ ਆ ਕਿ ਹੋਰਨਾਂ ਦੀ ਜਿਹੜੀ ਲੱਗੀ ਵੀ ਅੱਗ ਹੁੰਦੀ ਉਹਨੂੰ ਬੁਝਾ ਦਿਆ ਕਰਦੇ ਆਪਣੇ ਰੰਗ ਦੇ ਵਿੱਚ ਰੰਗ ਦਿਆ ਕਰਦੇ ਜਿਹੜੇ ਸਾਧੂ ਹੋਇਆ ਕਰਦੇ ਬੋਲੋ ਬੰਦੀ ਛੋੜ ਐਦੇ ਉਸ ਰਾਜੇ ਨੇ ਵੀ ਸੰਤਾਂ ਦਾ ਬੜਾ ਅਦਬ ਕੀਤਾ ਸੰਤਾਂ ਦੀ ਸ਼ਿਕਸ਼ਾ ਹੁੰਦੀ ਹੈ ਬਾਣੀ ਚ ਵੀ ਕਬੀਰ ਸਾਹਿਬ ਨੇ ਕਿਹਾ ਹੈ ਕਲਯੁਗ ਦੇ ਲਕਸ਼ਣ ਕਿਹੇ ਹੈ ਕਿ ਸੰਤ ਕੁਛ ਵੀ ਕਰਦੇ ਆ ਕਰਦੇ ਜਿਹੜੇ ਪੂਰਨ ਹੋਇਆ ਕਰਦੇ ਆ ਜਿਹੜੇ ਸੰਤ ਹੁੰਦੇ ਆ ਉਹਨਾਂ ਦੇ ਮੁਖ ਤੋਂ ਜੋ ਨਿਕਲ ਜਾਇਆ ਕਰਦਾ ਉਹ ਸਤ ਹੋ ਜਾਇਆ ਕਰਦਾ ਹੈ ਨਾਨਕ ਦਾਸ ਮੁਖ ਸੇ ਜੋ ਨਿਕਲੇ ਬਾਣੀ ਚ ਵੀ ਮਹਾਰਾਜ ਨੇ ਕਿਹਾ ਇਹਾ ਊਹਾ ਸੱਚ ਹੋਵੇ ਕਹਿੰਦੇ ਜਿਹੜੇ ਸੰਤ ਹੁੰਦੇ ਆ ਉਹਨਾਂ ਦੇ ਮੂੰਹ ਚੋਂ ਜੇ ਕੁਛ ਵੀ ਨਿਕਲ ਜਾਵੇ ਉਹ ਸੱਤ ਹੋ ਜਾਇਆ ਕਰਦਾ ਹੈ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਜੇ ਉਹ ਕਹਿ ਦੇਣ ਤਾਂ ਕਈ ਬੰਦੇ ਸ਼ਰਾਬ ਛੱਡ ਦਿੰਦੇ ਆ ਕਈ ਬੰਦੇ ਮਾਸ ਮੱਛੀ ਆਂਡਾ ਖਾਣਾ ਛੱਡ ਦਿੰਦੇ ਆ ਕਹਿੰਦੇ ਹੁੰਦੇ ਜਿਹੜੇ ਜਿਨ੍ਹਾਂ ਨੇ ਨਾਮ ਪਿਆਲੇ ਪੀਤੇ ਉਹ ਨ ਪੀਣ ਸ਼ਰਾਬਾਂ ਨੂੰ ਜਿਨ੍ਹਾਂ ਨੇ ਨਾਮ ਪਿਆਲੇ ਪੀਤੇ ਉਹ ਨ ਪੀਣ ਸ਼ਰਾਬਾਂ ਨੂੰ ਜਿਨ੍ਹਾਂ ਨੇ ਨਾਮ ਪਿਆਲੇ ਪੀਤੇ ਉਹ ਨ ਪੀਣ ਸ਼ਰਾਬਾਂ ਨੂੰ ਜਿਨ੍ਹਾਂ ਨੇ ਨਾਮ ਪਿਆਲੇ ਪੀਤੇ ਉਹ ਨ ਪੀਣ ਸ਼ਰਾਬਾਂ ਨੂੰ ਜਿਨ੍ਹਾਂ ਨੇ ਨਾਮ ਪਿਆਲੇ ਪੀਤੇ ਉਹ ਨ ਪੀਣ ਸ਼ਰਾਬਾਂ ਨੂੰ ਜਿਨ੍ਹਾਂ ਨੇ ਨਾਮ ਪਿਆਲੇ ਪੀਤੇ ਉਹ ਨ ਪੀਣ ਸ਼ਰਾਬਾਂ ਨੂੰ ਉਹ ਨ ਪੀਣ ਸ਼ਰਾਬਾਂ ਨੂੰ ਉਹ ਨ ਖਾਣ ਕਬਾਬਾਂ ਨੂੰ ਉਹ ਨ ਪੀਣ ਸ਼ਰਾਬਾਂ ਨੂੰ
ਨਾ ਖਾਣ ਕਬਾਬਾ ਨੂੰ, ਜਿਨ੍ਹਾਂ ਨੇ ਨਾਮ ਪਿਆਲੇ ਪੀਤੇ ਉਹ ਨਾ ਪੀਣ ਸ਼ਰਾਬਾਂ ਨੂੰ, ਜਿਨ੍ਹਾਂ ਨੇ ਨਾਮ ਪਿਆਲੇ ਪੀਤੇ ਉਹ ਨਾ ਪੀਣ ਸ਼ਰਾਬਾਂ ਨੂੰ, ਜਿਨ੍ਹਾਂ ਨੇ ਨਾਮ ਪਿਆਲੇ ਪੀਤੇ ਉਹ ਨਾ ਪੀਣ ਸ਼ਰਾਬਾਂ ਨੂੰ, ਜਿਨ੍ਹਾਂ ਨੇ ਨਾਮ ਪਿਆਲੇ ਪੀਤੇ ਉਹ ਨਾ ਪੀਣ ਸ਼ਰਾਬਾਂ ਨੂੰ। ਕਹਿੰਦੇ ਜਿਹੜੇ ਨਾਮ ਦੇ ਰੰਗ ਵਿੱਚ ਰੰਗ ਹੋ ਜਾਂਦੇ ਹੈ, ਸੰਤਾਂ ਦੀ ਜਿਨ੍ਹਾਂ ਪਰ ਵਿਸ਼ੇਸ਼ ਕਿਰਪਾ ਹੁੰਦੀ ਹੈ, ਉਹ ਢੋਲ ਦੇ ਢੋਲ ਪੀਣੇ ਵਾਲੇ ਵੀ ਸਿੱਧੇ ਰਸਤੇ ਪਰ ਚੱਲ ਪੈਂਦੇ ਹੈ। ਬੋਲੋ ਵੱਡੀ ਛੋੜ ਮਹਾਰਾਜ ਕੀ ਜੈ। ਐਨੇ ਉਸ ਨਗਰ ਦੇ ਰਾਜੇ ਨੇ ਨਾਮ ਸ਼ਬਦ ਲੈ ਲਿਆ ਸੰਤਾਂ ਦੇ। ਸੰਤਾਂ ਨੇ ਸ਼ਬਦ ਦੇ ਕੇ ਕਿਹਾ ਵੀ ਭਾਈ ਸ਼ਰਾਬ ਨਹੀਂ ਪੀਣੀ, ਆਂਡਾ ਮਾਸ ਮੱਛੀ ਇੱਦਾਂ ਦੀਆਂ ਚੀਜ਼ਾਂ ਨਹੀਂ ਖਾਣੀਆਂ ਹੈ। ਬਾਣੀ ਚ ਵੀ ਕਿਹਾ ਮਹਾਰਾਜ ਨੇ, ਕਬੀਰ ਮਦਰਾ ਪੀਵੇ ਕੜਵਾ ਪਾਣੀ, ਸੱਤਰ ਜਨਮ ਸਵੈਣ ਕੇ ਜਾਣੀ। ਮਦਰਾ ਪੀਵੇ ਕੜਵਾ ਪਾਣੀ, ਸੱਤਰ ਜਨਮ ਸਵੈਣ ਕੇ ਜਾਣੀ। ਕਹਿੰਦੇ ਜਿਹੜਾ ਸ਼ਰਾਬ ਪੀਂਦਾ ਹੈ ਉਹ ਸੱਤਰ ਜਨਮ ਕੁੱਤਾ ਬਣਦਾ ਹੈ। ਇੱਕ ਨੀ ਦੋ ਨੀ ਤਿੰਨ ਨੀ ਸੱਤਰ ਜਨਮ ਕੁੱਤੇ ਦੀ ਜੂਨ ਦੇ ਵਿੱਚ ਪੈਂਦਾ ਹੈ ਜਿਹੜਾ ਸ਼ਰਾਬੀ ਹੈ, ਸ਼ਰਾਬ ਪੀਂਦਾ ਹੈ। ਇਹ ਬਾਣੀ ਕਹਿ ਰਹੀ ਹੈ, ਅਸੀਂ ਨਹੀਂ ਬੋਲ ਰਹੇ। ਪਰੰਤੂ ਜਦ ਸੰਤਾਂ ਦੀ ਕਿਰਪਾ ਹੋ ਜਾਂਦੀ ਹੈ ਉਹ ਕਰਮ ਕੱਟ ਹੋ ਜਾਇਆ ਕਰਦਾ। ਬੋਲੋ ਵੰਡੀ ਛੋੜ ਮਹਾਰਾਜ ਕੀ ਜੈ, ਵੰਡੀ ਛੋੜ ਮਹਾਰਾਜ ਕੀ ਜੈ, ਵੰਡੀ ਛੋੜ ਮਹਾਰਾਜ ਕੀ ਜੈ। ਔਰ ਪਿਆਰਿਓ, ਉਸ ਰਾਜੇ ਨੇ ਨਾਮ ਸ਼ਬਦ ਲੈ ਲਿਆ, ਸੰਤਾਂ ਦੀ ਗੱਲ ਵੀ ਮੰਨੀ। ਸੰਤਾਂ ਨੇ ਕਿਹਾ ਕਿ ਅੱਜ ਤੋਂ ਸ਼ਰਾਬ ਨਹੀਂ ਪੀਣੀ, ਆਂਡਾ ਨਹੀਂ ਖਾਣਾ, ਮੀਟ ਮੱਛੀ ਚੁਗਲੀ ਨਿੰਦਿਆ ਇਹ ਬਿਲਕੁਲ ਨਹੀਂ ਕਰਨੀ, ਬਿਲਕੁਲ ਨਹੀਂ ਕਰਨੀ। ਤਾਂ ਪਿਆਰਿਓ, ਰਾਜੇ ਦੇ ਮਨ ਚ ਬੜਾ ਅਸਰ ਹੋਇਆ। ਰਾਜੇ ਨੇ ਕਿਹਾ ਵੀ ਭਾਈ ਮੇਰੇ ਪਰ ਤਾਂ ਸੰਤਾਂ ਦੀ ਕਿਰਪਾ ਹੋਈ ਹੈ, ਮੈਂ ਚਾਹੁੰਦਾ ਇਹ ਮੇਰੇ ਨਗਰ ਪਰ ਵੀ ਹੋ ਜਾਵੇ, ਜਿੰਨੇ ਮੇਰੇ ਹਲਕੇ ਦੇ ਲੋਕ ਹੈ ਉਹਨਾਂ ਪਰ ਵੀ ਸੰਤਾਂ ਦੀ ਕਿਰਪਾ ਹੋ ਜਾਵੇ। ਬੋਲੋ ਵੰਡੀ ਛੋੜ ਮਹਾਰਾਜ ਕੀ ਜੈ। ਕਹਿੰਦੇ ਰਾਜੇ ਨੇ ਆਪਣੇ ਨਗਰ ਦੇ ਵਿੱਚ ਅਨਾਊਂਸ ਕਰ ਦਿੱਤਾ ਕਿ ਮੇਰੇ ਨਗਰ ਦੇ ਵਿੱਚ ਕੋਈ ਵੀ ਬੰਦਾ ਸ਼ਿਕਾਰ ਨਾ ਖੇਲੇ, ਜਿੰਨੇ ਵੀ ਠੇਕੇ ਹੈ ਮੇਰੇ ਨਗਰ ਦੇ ਉਹ ਬੰਦ ਕਰ ਦਿੱਤੇ ਜਾਣ, ਕਿਸੇ ਨੂੰ ਸ਼ਰਾਬ ਨਾ ਮਿਲੇ, ਮਾਸ ਮੱਛੀ ਆਂਡੇ ਜਿੰਨੀਆਂ ਵੀ ਦੁਕਾਨਾਂ ਪਰ ਵਿਕਦੇ ਉਹ ਬੰਦ ਹੋ ਜਾਣ। ਬੋਲੋ ਵੰਡੀ ਛੋੜ ਕੀ ਜੈ। ਰਾਜੇ ਦਾ ਹੁਕਮ ਤਾਂ ਭਾਈ ਜਿੰਨੇ ਵੀ ਨਗਰ ਦੀਆਂ ਦੁਕਾਨਾਂ ਹੈ ਇਲਾਕੇ ਦੇ ਵਿੱਚ, ਅੱਗੇ ਅੱਗੇ ਬੰਦਿਆਂ ਨੇ ਮੈਸੇਜ ਭੇਜਿਆ, ਸੰਦੇਸ਼ ਭੇਜਿਆ ਕਿ ਰਾਜੇ ਨੇ ਸ਼ਰਾਬ ਮੀਟ ਮੱਛੀ ਆਂਡਾ ਸਭ ਕੁਛ ਬੰਦ ਕਰ ਦਿੱਤਾ ਹੈ, ਨਗਰ ਚ ਨਾ ਕੋਈ ਖਾਵੇ, ਜਿਹੜਾ ਖਾਏਗਾ ਉਹਦੇ ਪਰ ਚਾਰਜ ਲੱਗੇਗਾ, ਜੁਰਮਾਨਾ ਲੱਗੇਗਾ ਉਸ ਬੰਦੇ ਨੂੰ। ਤਾਂ ਭਾਈ ਸਾਰੇ ਨਗਰ ਦੇ ਲੋਕ ਰਾਜੇ ਦਾ ਹੁਕਮ ਮੰਨਣ ਲੱਗ ਪਏ। ਪਰੰਤੂ ਮੈਂ ਗੱਲ ਦੱਸ ਰਿਹਾ ਤਾਂ ਕਾਲੂ ਝੀਰ ਦੀ,
ਕਾਲੂ ਝੀਰ ਦੇ ਨਗਰ ਦੇ ਵਿੱਚ ਵੀ ਗੱਲ ਫੈਲ ਗਈ ਕਿ ਰਾਜੇ ਨੇ ਹੁਕਮ ਕੀਤਾ ਹੈ ਕਿਸੇ ਨੇ ਸ਼ਿਕਾਰ ਨਹੀਂ ਕਰਨਾ, ਕਿਸੇ ਨੇ ਮਾਸ ਮੱਛੀ ਆਂਡਾ ਸ਼ਰਾਬ ਨਹੀਂ ਖਾਣਾ। ਪਰ ਕਾਲੂ ਝੀਰ ਤਾਂ ਰਜ ਰਜ ਖਾਂਦਾ ਵੀ ਤਾ, ਪੀਂਦਾ ਵੀ ਤਾ, ਔਰ ਸ਼ਿਕਾਰ ਵੀ ਕਰਦਾ ਹੁੰਦਾ ਤਾਂ ਪਿਆਰਿਓ। ਤਾਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਵੀ ਲਾਗ ਡਾਟ ਬਥੇਰੀ ਹੈ। ਉਸ ਸਮੇਂ ਵੀ ਕਾਲੂ ਝੀਰ ਦੇ ਨਾਲ ਲੱਗਦੇ ਤੇ ਕਈ ਲੋਕ, ਉਹਨਾਂ ਨੇ ਰਾਜੇ ਦੇ ਕੋਲ ਸ਼ਿਕਾਇਤ ਕਰ ਦਿੱਤੀ ਕਿ ਰਾਜਾ ਜੀ, ਪੰਚ ਨਗਲਾ ਪਿੰਡ ਦਾ ਜਿਹੜਾ ਕਾਲੂ ਹੈ ਝੀਰਾਂ ਚੋਂ, ਉਹ ਸ਼ਿਕਾਰ ਵੀ ਕਰਦਾ ਹੈ, ਆਂਡੇ ਵੀ ਖਾਂਦਾ ਹੈ, ਮਾਸ ਮੱਛੀ ਵੀ ਖਾਂਦਾ ਹੈ, ਔਰ ਤੁਹਾਡਾ ਹੁਕਮ ਵੀ ਨਹੀਂ ਮੰਨਦਾ। ਤਾਂ ਰਾਜਾ ਧਾਰਮਿਕ ਬਹੁਤ ਹੋ ਗਿਆ ਤਾਂ ਤਾਂ ਰਾਜੇ ਦੇ ਮਨ ਚ ਆਇਆ ਵੀ ਅੱਜ ਕੱਲ੍ਹ ਲੋਕ ਇੱਕ ਦੂਏ ਨਾਲ ਲੱਗਦੇ ਹੈ, ਕਈ ਵਾਰ ਝੂਠੇ ਫਸਾ ਦਿੰਦੇ ਇੱਕ ਦੂਏ ਨੂੰ। ਤਾਂ ਰਾਜੇ ਦੇ ਮਨ ਚ ਆਇਆ ਵੀ ਏਦਾਂ ਤਾਂ ਨਹੀਂ ਹੋ ਸਕਦਾ, ਜਦ ਤੱਕ ਨੈਨੋ ਨਾ ਦੇਖੀ। ਰਾਜਾ ਕਹਿੰਦਾ ਜਦ ਤੱਕ ਅੱਖਾਂ ਨਾਲ ਦੇਖਿਆ ਨਹੀਂ, ਜਦ ਤੱਕ ਮੈਂ ਯਕੀਨ ਨਹੀਂ ਕਰ ਸਕਦਾ। ਬੋਲੋ ਬੰਡੀ ਛੋੜ ਮਹਾਰਾਜ ਕੀ ਜੈ। ਰਾਜਾ ਤੜਕੇ ਤੇ 12 ਵਜੇ ਸਿਵਲ ਡਰੈਸ ਦੇ ਵਿੱਚ, ਆਮ ਸਧਾਰਨ ਕੱਪੜੇ ਪਾ ਕੇ ਰਾਜਾ ਨਗਰ ਦੇ ਵਿੱਚ ਘੁੰਮਣ ਚਲ ਗਿਆ ਪਿਆਰਿਓ। ਔਰ ਜਦ ਘੁੰਮਣ ਗਿਆ ਰਾਜਾ ਤਾਂ ਕਾਲੂ ਝੀਰ ਨੂੰ ਕਿਤੇ ਤੇ ਪਤਾ ਲੱਗ ਗਿਆ, ਕਿਉਂਕਿ ਕਾਲੂ ਝੀਰ ਲੜਾਈ ਝਗੜੇ ਵੀ ਕਰਦਾ ਹੁੰਦਾ ਤਾਂ ਚੋਰੀਆਂ ਵੀ ਕਰਦਾ, ਕਿਉਂਕਿ ਰਾਜੇ ਘੋੜਿਆਂ ਪਰ ਤੁਰਦੇ ਹੁੰਦੇ ਤੇ। ਤਾਂ ਕਾਲੂ ਝੀਰ ਨੂੰ ਪਤਾ ਲੱਗ ਗਿਆ ਵੀ ਕਿਤੇ ਦੂਰ ਘੋੜੇ ਖੜਾ ਕੇ ਰਾਜਾ ਸਿਵਲ ਡਰੈਸ ਦੇ ਵਿੱਚ ਘੁੰਮ ਰਿਹਾ, ਦੇਖਣ ਆਇਆ ਹੈ ਵੀ ਕੋਈ ਸ਼ਿਕਾਰ ਤਾਂ ਨਹੀਂ ਕਰਦਾ। ਔਰ ਕਾਲੂ ਝੀਰ ਟੋਬੇ ਪਰੇ ਬੈਠਾ ਤਾਂ ਜਾਲ ਵਿਛਾ ਕੇ ਬੈਠਾ। ਤਾਂ ਕਾਲੂ ਝੀਰ ਦੇ ਮਨ ਚ ਆਇਆ ਵੀ ਹੁਣ ਭੱਜ ਤਾਂ ਕਿਤੇ ਨੂੰ ਹੋਣਾ ਨਹੀਂ ਹੈ, ਵੀ ਹੁਣ ਮੈਂ ਕਿਆ ਕਰਾਂ। ਤਾਂ ਕੁਦਰਤੀ ਕਾਲੂ ਝੀਰ ਦੇ ਦਿਮਾਗ ਚ ਗੱਲ ਆਈ ਵੀ ਰਾਜਾ ਵੀ ਪਹਿਲਾਂ ਸ਼ਿਕਾਰ ਕਰਦਾ ਹੀ ਤਾਂ, ਇਹ ਵੀ ਮਾਸ ਮੱਛੀ ਆਂਡੇ ਖਾਂਦਾ ਹੀ ਤਾਂ, ਪਰ ਇਹਨਾਂ ਜਾਤੇ ਨਾਮ ਦਾ ਲਿਆ ਬਾਬੇ ਦੇ, ਜਾਤੇ ਸੰਤਾਂ ਦੇ ਨਾਲ ਰਲਿਆ, ਜਾਤੇ ਧਾਰਮਿਕ ਹੋਇਆ ਹੈ। ਏਦਾਂ ਮੈਂ ਸੁਣਿਆ ਵੀ ਸੰਤਾਂ ਦੀ ਔਰ ਨਾਮ ਜਪਣੇ ਵਾਲਿਆਂ ਦੀ ਇੱਜ਼ਤ ਬਹੁਤ ਕਰਦਾ ਹੈ। ਤਾਂ ਪਿਆਰਿਓ ਕਾਲੂ ਝੀਰ ਨੇ ਜਿਹੜਾ ਜਾਲ ਤਾਂ ਉਹ ਵੀ ਨਦੀ ਟੋਭੇ 'ਚ ਸਿੱਟ ਦਿੱਤਾ, ਜਿਹੜੇ ਆਪਣੇ ਸੰਦ ਤੇ ਉਹਦੇ ਹਥਿਆਰ ਤੇ ਉਹ ਵੀ ਲੁਕੋ ਦਿੱਤੇ। ਔਰ ਧੋਤੀ ਲਾਲੀ ਕਾਲੂ ਝੀਰ ਨੇ ਬੂਟੇ ਦੇ ਥੱਲੇ ਬੈਠ ਕੇ 2:30 ਵਜੇ ਝੂਠੇ ਕਿਆ ਕਰਨ ਲੱਗ ਪਿਆ, ਹਰੇ ਰਾਮ ਹਰੇ ਰਾਮ 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 ਹਰੇ ਹਰੇ, ਹਰੇ ਰਾਮ ਹਰੇ ਰਾਮ 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 ਹਰੇ ਹਰੇ, ਹਰੇ ਰਾਮ ਹਰੇ ਰਾਮ 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 ਹਰੇ ਹਰੇ, ਹਰੇ ਰਾਮ ਹਰੇ ਰਾਮ
ਰਾਮ ਰਾਮ ਹਰੇ ਹਰੇ। ਦੇਖੋ ਪਿਆਰਿਓ ਪਿਆਰਿਓ ਕਾਲੂ ਚੀਰ ਰਾਮ ਰਾਮ ਜਪਣ ਲੱਗ ਪਿਆ, ਔਰ ਜਦ ਘੋੜਿਆਂ ਦੀ ਆਵਾਜ਼ ਆਵੇ ਉੱਚੀ ਉੱਚੀ ਲੱਗ ਪਿਆ ਜਪਣ, ਰਾਮ 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 ਰਾਮ। ਰਾਜਾ ਕੋਲ ਤੇ ਆਇਆ ਮਲਕ ਮਲਕ ਦੱਬੇ ਪੈਰੀ, ਰਾਜਾ ਕਿਆ ਦੇਖਦਾ ਹੈ। ਜਿਹੜੇ ਬੰਦਿਆਂ ਨੂੰ ਸ਼ਿਕਾਇਤ ਕੀਤੀ ਸੀ ਕਹਿੰਦੇ ਮਹਾਰਾਜ ਇਹੀ ਹੈ ਜੀ ਰੋ, ਤਾਂ ਰਾਜਾ ਕਿਆ ਦੇਖਦਾ ਹੈ ਕਿ ਕਾਲੂ ਝੀਰ ਤਾਂ ਰਾਮ ਜਪਿਆ ਕਰਦਾ ਹੈ, ਅੱਖਾਂ ਬੰਦ ਕਰਕੇ ਜਪਿਆ ਕਰਦਾ ਹੈ ਰਾਮ। ਤਾਂ ਰਾਜੇ ਨੇ ਆਪਣੇ ਸੈਨਿਕਾਂ ਨੂੰ ਕਿਹਾ ਵੀ ਭਾਈ ਪੂਰੇ ਨਗਰ ਚੋਂ ਘੁੰਮ ਲੰਘ ਕੇ ਆਏ, ਅਸੀਂ ਦਸਾਂ ਪੰਦਰਾਂ ਪਿੰਡਾਂ ਚੋਂ ਲੰਘ ਕੇ ਆਏ, ਸਾਰਾ ਨਗਰ ਸੁੱਤਾ ਵਾ, ਲੋਕ ਸੁੱਤੇ ਮੇ, ਔਰ ਇਹ ਤਾਂ 2:30 ਵਜੇ ਭਗਤੀ ਕਰ ਰਿਹਾ ਹੈ, ਨਾਮ ਜਪਿਆ ਕਰਦਾ ਹੈ, ਏਦਾਂ ਦਾ ਬੰਦਾ ਇਹ ਤਾਂ ਭਗਤ ਹੈ ਕੋਈ, ਇਹ ਤਾਂ CID ਸਾਨੂੰ ਗਲਤ ਮਿਲ ਗਈ ਕਿਤੇ, ਇਹ ਤਾਂ ਬਹੁਤ ਪਹੁੰਚਿਆ ਵਾ ਲੱਗਦਾ। ਤਾਂ ਰਾਜੇ ਨੇ ਥੋੜ੍ਹਾ ਜਿਹਾ ਬੁਲਾਇਆ ਵੀ, ਪਰ ਕਾਲੂ ਝੀਰ ਅੱਖਾਂ ਬੰਦ ਕਰਕੇ ਰਾਮ 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 ਹੀ ਜਪ ਰਿਹਾ, ਜਪਿਆ ਡਰ ਕੇ ਕਰਦਾ ਹੈ ਝੂਠੇ ਹੀ, ਪਰ ਰਾਮ ਜਪ ਰਿਹਾ। ਰਾਜੇ ਨੂੰ ਇਹ ਲੱਗ ਰਿਹਾ ਕਿ ਭਗਵਾਨ ਦਾ ਨਾਮ ਲੈ ਰਿਹਾ। ਕਹਿੰਦੇ ਉਸ ਜ਼ਮਾਨੇ ਦੀਆਂ 500 ਮੋਹਰਾਂ ਜਿਹੜੀਆਂ, ਉਹ ਰਾਜੇ ਨੇ ਆਪਣੇ ਕੈਸ਼ੀਅਰ ਨੂੰ ਕਿਹਾ ਆਪਣੇ ਨੂੰ ਬਈ ਦੇ ਜਰਾ, ਤਾਂ ਕੈਸ਼ੀਅਰ ਨੇ 500 ਮੋਹਰਾਂ ਰਾਜੇ ਨੇ ਕਾਲੂ ਝੀਰ ਦੇ ਚਰਨਾਂ 'ਚ ਚੜਾ ਦਿੱਤੀਆਂ ਔਰ ਮੱਥਾ ਟੇਕਿਆ। ਕਹਿੰਦੇ ਮੈਨੂੰ ਭੁਲੇਖਾ ਲੱਗ ਗਿਆ, ਮੈਂ ਤਾਂ ਭਗਤਾਂ ਨੂੰ ਪਰਖਣ ਨੂੰ ਆ ਗਿਆ। ਤਾਂ ਕਾਲੂ ਝੀਰ ਦੀਆਂ ਅੱਖਾਂ 'ਚ ਵੀ ਪਾਣੀ ਆਇਆ, ਉਹਦੇ ਮਨ ਪਰ ਇੰਨਾ ਅਸਰ ਹੋਇਆ ਕਿ ਮੈਂ ਤਾਂ ਅੱਜ ਝੂਠੀ ਮੁੱਠੀ ਰਾਮ ਜਪਿਆ ਹੈ, ਰਾਜਾ ਵੀ ਮੈਨੂੰ ਮੱਥਾ ਟੇਕ ਰਿਹਾ ਹੈ, ਸੈਨਾ ਵੀ ਮੱਥਾ ਟੇਕ ਰਹੀ ਹੈ, ਉਲਟਾ 500 ਮੋਹਰਾਂ ਤਾਂ ਮੈਂ ਪੂਰੀ ਜ਼ਿੰਦਗੀ 'ਚ ਨਹੀਂ ਦੇਖੀਆਂ, ਸਿਰਫ 2 ਮਿੰਟ ਰਾਮ ਜਪਣ ਦੇ ਨਾਲ ਇੰਨਾ ਫਲ ਮਿਲ ਰਿਹਾ ਹੈ, ਜੇ ਕਿਤੇ ਮੈਂ ਪੂਰੀ ਜ਼ਿੰਦਗੀ ਜਪਾਂ ਤਾਂ ਕਿਆ ਤੇ ਕਿਆ ਤੇ ਕਿਆ ਹੋ ਸਕਦਾ ਹੈ। ਬੋਲੋ ਵੰਡੀ ਛੋੜ ਮਹਾਰਾਜ ਕੀ ਜੈ। ਕਹਿੰਦੇ ਉਹ ਗੱਲ ਨੇ ਕਾਲੂ ਝੀਰ ਦੇ ਮਨ ਵਿੱਚ ਇੱਦਾਂ ਦਾ ਅਸਰ ਪਾਇਆ ਕਿ ਉਹਨਾਂ ਸਾਰੇ ਮਾੜੇ ਕੰਮ ਛੱਡ ਦਿੱਤੇ ਔਰ ਹਮੇਸ਼ਾ ਰਾਮ 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 ਜਪਣ ਲੱਗ ਪਿਆ। ਇੱਦਾਂ ਦਾ ਰਾਮ ਜਪਿਆ ਕਿ ਉਹ ਟੋਬੇ ਨੂੰ ਛੱਡ ਕੇ ਕਾਲੂ ਝੀਰ ਜੀ 5 ਨਗਲਾ ਪਿੰਡ ਕੋਟ ਫਤੂਹੀ ਸਾਡੇ ਫਗਵਾੜੇ ਦੇ ਕੋਲੇ ਹੈ। ਆਹਾ ਜਦ ਮਾਲਪੱਟੇ ਫਗਵਾੜੇ ਨੂੰ ਜਾਂਦੇ ਹੈ ਰਸਤੇ 'ਚ ਕੋਟ ਫਤੂਹੀ ਆਉਂਦਾ ਹੈ, ਉਹਦੇ ਨਾਲ ਹੀ 5 ਨਗਲਾ ਪਿੰਡ ਹੈ, ਉੱਥੇ ਕਾਲੂ ਝੀਰ ਜੀ ਬੈਠ ਕੇ ਜਦ ਪਰਮਾਤਮਾ ਦਾ ਨਾਮ ਜਪਿਆ, ਨਾਮ ਜਪਿਆ ਤਾਂ ਕਾਲੂ ਝੀਰ ਤਾਂ ਝੀਰ ਪੀਰਾਂ ਦਾ ਫਕੀਰ ਬਣ ਗਿਆ, ਪੀਰਾਂ ਦਾ ਵੀ ਪੀਰ ਬਣ ਗਿਆ। ਬੋਲੋ ਬੰਦੀ ਛੋੜ ਮਹਾਰਾਜ ਕੀ ਜੈ। ਹੁਣ ਜਾਤ ਉਹਨਾਂ ਦੀ ਝੀਰ ਸੀ, ਪਰ ਇੱਥੇ ਭਗਤੀ ਲਈ ਕੋਈ ਜਾਤ ਪਾਤ ਦੀ ਲੋੜ ਨਹੀਂ ਹੈ ਪਿਆਰਿਓ, ਜਾਤ ਦੀ ਗੱਲ ਨਹੀਂ ਹੈ। ਕਹਿੰਦੇ ਭਗਤੀ ਬੀਜ ਪਲਟੇ ਨਹੀਂ ਜੋ ਜੁਗ ਆਏ ਅਨੰਤ, ਭਗਤੀ ਬੀਜ ਪਲਟੇ ਨਹੀਂ ਜੇ ਜੁਗ ਜਾਏ ਅਨੰਤ, ਊਚ ਨੀਚ ਘਰ ਜਨਮ ਲੈਣ ਪਰ ਰਹੇ ਸੰਤ ਕੇ ਸੰਤ।
ਸੰਤ ਕਦੀ ਬਦਲਦੇ ਨਹੀਂ ਹੈ ਚਾਹੇ ਨੀਚੀਆਂ ਜਾਤਾਂ 'ਚ ਜਿੱਥੇ ਮਰਜ਼ੀ ਉਹ ਜਨਮ ਲੈ ਲੈਣ, ਸੰਤ ਸੰਤ ਹੋਇਆ ਕਰਦੇ ਆ। ਬੋਲੋ ਵੰਦੀ ਛੋੜ ਮਹਾਰਾਜ ਕੀ ਜੈ। ਹੁਣ ਨਾਮਦੇਵ ਵੀ ਸ਼ਿੰਬਿਆਂ 'ਚ ਪੈਦਾ ਹੋਏ, ਕਬੀਰ ਸਾਹਿਬ ਮੁਸਲਮਾਨ ਜੁਲਾਹਿਆਂ ਦੇ ਘਰ ਆਏ। ਇਸ ਲਈ ਸਾਹਿਬ ਨੇ ਕਿਹਾ ਹੈ ਭਗਤ ਤਾਂ ਭਗਤ ਹੋਇਆ ਕਰਦੇ ਆ, ਉਹਦੇ ਪਿਆਰੇ ਤਾਂ ਉਹਦੇ ਪਿਆਰੇ ਹੋਇਆ ਕਰਦੇ ਆ, ਉਹਨਾਂ ਨੂੰ ਵੰਦਨਾ ਹੈ ਸਾਡੀ। ਔਰ ਉਹ ਅੱਜ ਵੀ ਤੁਸੀਂ ਜਾ ਕੇ ਦੇਖੋ ਪੰਚ ਨਗਲਾ ਦੇ ਵਿੱਚ ਭਗਤ ਕਾਲੂ ਜੀ ਦੀ ਸਮਾਧੀ ਹੈ, ਦੁਨੀਆ ਉੱਥੇ ਮੱਥੇ ਟੇਕਦੀ ਹੈ ਜਾ ਕੇ। ਉਹਨਾਂ ਦਾ ਪਿਛਲਾ ਜੀਵਨ ਦੇਖੋ ਤਾਂ ਉਹ ਸਾਡੇ ਵਰਗਾ ਹੀ ਦਾ, ਪਰ ਜਦੋਂ ਦੀ ਨਾਮ ਜਪਿਆ ਬੰਦਗੀ ਕੀਤੀ ਤਾਂ ਭਗਤ ਕਾਲੂ ਚੀਰ ਪੀਰਾਂ ਦੇ ਵੀ ਪੀਰ ਬਣ ਗਏ। ਪਿਆਰਿਓ ਬੋਲੋ ਵੰਡੀ ਛੋੜ ਮਹਾਰਾਜ ਕੀ ਜੈ। ਐਨੀ ਤੁਸੀਂ ਅਸੀਂ ਵੀ ਜੇ ਨਾਮ ਜਪੀਏ, ਨਾਮ ਜਪਣ ਦੀ ਆਦਤ ਪਾਈਏ, ਕੁਛ ਤੇ ਕੁਛ, ਕੁਛ ਤੇ ਕੁਛ, ਕੁਛ ਤੇ ਕੁਛ ਹੋ ਸਕਦਾ ਹੈ। ਉਹਦੇ ਦਰਸ਼ਨ ਦੇ ਨਾਲ ਕੁਛ ਤੇ ਕੁਛ ਬਦਲ ਸਕਦਾ ਹੈ। ਰਿੰਚਕ ਮਿਹਰ ਕਹਿਰ ਕਰ ਜਾਏ, ਵਾਣੀ ਚਾਇਆ ਹੈ ਉਹਦੀ ਥੋੜੀ ਜਿਹੀ ਨਿਗਾਹ ਕੁਛ ਤੇ ਕੁਛ ਤੇ ਕੁਛ ਬਣਾ ਦਿਆ ਕਰਦੀ ਹੈ। ਔਰ ਅਸੀਂ ਤੁਸੀਂ ਤਾਂ ਬਹੁਤ ਸਮਝਦਾਰ ਹੈ, ਸਾਡੇ ਨਿਕਟ ਗੁਰਦੁਆਰਾ ਵੀ ਹੈ, ਕੁਟੀਆਂ ਵੀ ਹੈ, ਮੰਦਿਰ ਵੀ ਹੈ, ਤੁਸੀਂ ਜਾਇਆ ਕਰੋ, ਥੋੜਾ ਥੋੜਾ ਮਨ ਲਾਇਆ ਕਰੋ, ਚਾਹੇ ਝੂਠੇ ਹੀ ਰਾਮ ਰਾਮ ਬੋਲਿਆ ਕਰੋ, ਝੂਠੇ ਹੀ, ਕਿਉਂਕਿ ਝੂਠ ਝੂਠ ਕਰਨੇ ਨਾਲ ਵੀ ਰਾਮ ਦੇ ਝੂਠ ਬੋਲਣ ਨਾਲ ਵੀ, ਜੇ ਝੂਠੇ ਤੁਸੀਂ ਰਾਮ ਰਾਮ ਕਹਿੰਦੇ ਹੈ, ਬਾਹਰੀ ਵੀ ਰਾਮ ਰਾਮ ਕਹਿੰਦੇ ਹੈ, ਤਾਂ ਵੀ ਕਲਿਆਣ ਹੋ ਜਾਂਦਾ ਹੈ, ਕਿਉਂਕਿ ਭਗਵਾਨ ਦਾ ਨਾਮ ਏਦਾਂ ਦਾ ਹੈ। ਤਾਰਨ ਤਰਨ ਉਹ ਏਦਾਂ ਦਾ ਨਾਮ ਹੈ ਉਸ ਬੰਦੀ ਛੋੜ ਦਾ, ਏਦਾਂ ਦੇ ਬੰਦੀ ਛੋੜ ਨੂੰ ਮੇਰੀ ਵੀ ਵੰਦਨਾ ਹੈ, ਤੁਹਾਡੀ ਵੀ ਵੰਦਨਾ ਹੈ। ਤਾਂ ਹੀ ਤਾਂ ਕਿਹਾ ਸਾਹਿਬ ਨੇ ਬਾਣੀ 'ਚ ਵੀ, ਅਸੀਂ ਵੰਦਨਾ ਕਰਦੇ ਜੀ ਗੁਰੂ ਜੀ ਤੇਰੇ ਆਗੇ, ਸਾਹਿਬ ਤੇਰੇ ਆਗੇ, ਅਸੀਂ ਵੰਦਨਾ ਕਰਦੇ ਜੀ ਗੁਰੂ ਜੀ ਤੇਰੇ ਆਗੇ, ਸਾਹਿਬ ਤੇਰੇ ਆਗੇ, ਅਸੀਂ ਵੰਦਨਾ ਕਰਦੇ ਜੀ ਗੁਰੂ ਜੀ ਤੇਰੇ ਆਗੇ, ਸਾਹਿਬ ਤੇਰੇ ਆਗੇ, ਅਸੀਂ ਵੰਦਨਾ ਕਰਦੇ ਜੀ ਗੁਰੂ ਜੀ ਤੇਰੇ ਆਗੇ, ਸਾਹਿਬ ਤੇਰੇ ਆਗੇ। ਨਮੋ ਨਮੋ ਸਤਪੁਰਸ਼ ਕੋ, ਨਮੋ ਨਮੋ ਸਤਪੁਰਸ਼ ਕੋ, ਨਮਸਕਾਰ ਗੁਰ ਕੀਨ ਗੁਰੂ ਜੀ ਤੇਰੇ ਆਗੇ, ਸਾਹਿਬ ਤੇਰੇ ਆਗੇ, ਅਸੀਂ ਵੰਦਨਾ ਕਰਦੇ ਵੰਦਨਾ ਹੈ ਗੁਰੂ ਜੀ ਤੇਰੇ ਆਗੇ, ਸਾਹਿਬ ਤੇਰੇ ਆਗੇ, ਅਸੀਂ ਵੰਦਨਾ ਕਰਦੇ ਜੀ ਗੁਰੂ ਜੀ ਤੇਰੇ ਆਗੇ, ਸਾਹਿਬ ਤੇਰੇ ਆਗੇ, ਅਸੀਂ ਵੰਦਨਾ ਕਰਦੇ ਜੀ ਗੁਰੂ ਜੀ ਤੇਰੇ ਆਗੇ, ਸਾਹਿਬ ਤੇਰੇ ਆਗੇ, ਸੁਰ ਨਰ ਮੁਨੀ ਜਨ ਸਾਧਵਾ, 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 ਸੰਤੋ ਸਰਬਸ ਦੀਨ ਗੁਰੂ ਜੀ ਤੇਰੇ ਆਗੇ, ਸਾਹਿਬ ਤੇਰੇ ਆਗੇ, ਅਸੀਂ ਵੰਦਨਾ ਕਰਦੇ ਜੀ ਗੁਰੂ ਜੀ ਤੇਰੇ ਆਗੇ, ਸਾਹਿਬ ਤੇਰੇ
ਆਗੇ ਅਸੀਂ ਵੰਦਨਾ ਕਰਦੇ ਜੀ ਗੁਰੂ ਜੀ ਤੇਰੇ ਆਗੇ ਸਾਹਿਬ ਤੇਰੇ ਆਗੇ ਅਸੀਂ ਵੰਦਨਾ ਕਰਦੇ ਜੀ ਗੁਰੂ ਜੀ ਤੇਰੇ ਆਗੇ ਸਾਹਿਬ ਤੇਰੇ ਆਗੇ ਪੰਜਾ ਦਸਤ ਕਬੀਰ ਕਾ ਪੰਜਾ ਦਸਤ ਕਬੀਰ ਕਾ ਸਿਰ ਪਰ ਰਾਖੋ ਹੰਸ ਗੁਰੂ ਜੀ ਤੇਰੇ ਆਗੇ ਸਾਹਿਬ ਤੇਰੇ ਆਗੇ ਅਸੀਂ ਵੰਦਨਾ ਕਰਦੇ ਜੀ ਗੁਰੂ ਜੀ ਤੇਰੇ ਆਗੇ ਸਾਹਿਬ ਤੇਰੇ ਆਗੇ ਅਸੀਂ ਮਿੰਨਤਾਂ ਕਰਦੇ ਜੀ ਗੁਰੂ ਜੀ ਤੇਰੇ ਆਗੇ ਸਾਹਿਬ ਤੇਰੇ ਆਗੇ ਅਸੀਂ ਮਿੰਨਤਾਂ ਕਰਦੇ ਜੀ ਗੁਰੂ ਜੀ ਤੇਰੇ ਆਗੇ ਸਾਹਿਬ ਤੇਰੇ ਆਗੇ ਮਿੰਨਤਾਂ ਵੀ ਕਰਨੀਆਂ ਚਾਹੀਦੀਆਂ ਇੱਕ ਨੀਲਾ ਕਾਰਡ ਬਣਾਉਣਾ ਹੁੰਦਾ ਸਰਪੰਚ ਦੇ ਪੈਰਾਂ 'ਚ ਡਿੱਗੇ ਰਹਿੰਦੇ ਸੀ ਆ ਇੱਕ ਨਾਲਾ ਬਣਾਉਣਾ ਤਾਂ ਪਤਾ ਨਹੀਂ ਕਿੰਨੀਆਂ ਕੀਤੀਆਂ ਫਿਰ ਵੀ ਬਣਾਉਣੇ ਵਾਲੇ ਬੈਠੇ ਆਪੇ ਬੜੀਆਂ ਮਿੰਨਤਾਂ ਕਰਦੇ ਅਸੀਂ ਪਰ ਕਰ ਲਈਆਂ ਹੁਣ ਤੁਹਾਡੀਆਂ ਕਰ ਲਈਆਂ ਦੋ ਚਾਰ ਪੰਦਰਾਂ ਕੁ ਦਿਨਾਂ ਨੂੰ ਲਾਪਾ ਨਾ ਕਰਨ ਮੈਨੂੰ ਹੀ ਵੋਟ ਪਾਇਓ ਜੀ ਹੈ ਉਹ ਤੁਸੀਂ ਇੱਥੇ ਦੀ ਲੜਾਈ ਵਾਸਤੇ ਮਿੰਨਤਾਂ ਕਰਨੇ ਨੂੰ ਪੱਕੇ ਹੋ ਜਾਂਦੇ ਉਹਦੀ ਮਿੰਨਤ ਕਰੋ ਜਿਹੜਾ ਸਾਰੀ ਦੁਨੀਆਂ ਨੂੰ ਦੇ ਰਿਹਾ ਉਹਦੀ ਮਿਹਨਤ ਕਰੋ ਜਿਹੜਾ ਮਾਂ ਦੇ ਗਰਭ ਚ ਵੀ ਜਿਹਨੇ ਤੁਹਾਨੂੰ ਪਾਲਿਆ ਇਸ ਲਈ ਉਹਨੂੰ ਕਹਿ ਦੋ ਅਸੀਂ ਮਿਹਨਤਾਂ ਕਰਦੇ ਜੀ ਗੁਰੂ ਜੀ ਤੇਰੇ ਆਗੇ ਸਾਹਿਬ ਤੇਰੇ ਆਗੇ ਅਸੀਂ ਮਿਹਨਤਾਂ ਕਰਦੇ ਜੀ ਗੁਰੂ ਜੀ ਤੇਰੇ ਆਗੇ ਸਾਹਿਬ ਤੇਰੇ ਆਗੇ ਇਹ ਲਾਈਨ ਹੈ ਨੀ ਮੇਰੇ ਮਨ ਚ ਆ ਰਹੀ ਹੈ ਜਿਹੜੀ ਮਨ ਚ ਗੱਲ ਆਈ ਹੋਵੇ ਉਹ ਰੱਖੀ ਦੀ ਨਹੀਂ ਹੁੰਦੀ ਅੱਫਰ ਜਾਂਦੇ ਨਹੀਂ ਫਿਰ ਪਟਾਕਾ ਪੈ ਜਾਂਦਾ ਹੈ ਕੱਢਣੀ ਚਾਹੀਦੀ ਹੈ ਅਸੀਂ ਮਿੰਨਤਾਂ ਮਿੰਨਤ ਵੀ ਕਿਆ ਕਰਨੀ ਹਮ ਤੇਰੇ ਤੁਮ ਮੇਰੇ ਗੁਰੂ ਜੀ ਹਮ ਤੇਰੇ ਤੁਮ ਮੇਰੇ ਗੁਰੂ ਜੀ ਹਮ ਤੇਰੇ ਤੁਮ ਮੇਰੇ ਗੁਰੂ ਜੀ ਤੇਰੇ ਤੁਮ ਮੇਰੇ ਗੁਰੂ ਜੀ ਹਮ ਤੇਰੇ ਤੁਮ ਮੇਰੇ ਗੁਰੂ ਜੀ ਤੇਰੇ ਤੁਮ ਮੇਰੇ ਗੁਰੂ ਜੀ ਤੁਮ ਬੜੋ ਗਰੀਬ ਨਵਾਜ਼ ਤੁਮ ਬੜੋ ਗਰੀਬ ਨਵਾਜ਼ ਤੁਮ ਬੜੋ ਗਰੀਬ ਨਿਵਾਜ਼ ਤੁਮ ਬੜੋ ਗਰੀਬ ਨਿਵਾਜ਼ ਰਿੰਚਕ ਮਿਹਰ ਕਹਿਰ ਕਰ ਜਾਏ 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 ਪਬ ਸਾਗਰ ਲਗਾਇਓ ਪਾਰ ਗੁਰੂ ਜੀ ਹਮ ਤੇਰੇ ਸਾਹਿਬ ਹਮ ਤੇਰੇ ਅਸੀਂ ਵੰਦਨਾ ਕਰਦੇ ਜੀ ਗੁਰੂ ਜੀ ਤੁਮ ਮੇਰੇ ਸਾਹਿਬ ਤੁਮ ਮੇਰੇ ਅਸੀਂ ਵੰਦਨਾ ਕਰਦੇ ਜੀ ਗੁਰੂ ਜੀ ਤੁਮ ਮੇਰੇ ਸਾਹਿਬ ਤੁਮ ਮੇਰੇ ਅਸੀਂ ਵੰਦਨਾ ਕਰਦੇ ਜੀ ਗੁਰੂ ਜੀ ਤੁਮ ਮੇਰੇ ਸਾਹਿਬ ਤੁਮ ਮੇਰੇ ਲੋਕੀ ਮਾਰਨ ਮੇਣੇ ਤਾਨੇ ਲੋਕੀ ਮਾਰਨ ਮੇਰੇ ਤਾਨੇ ਮੇਰੇ ਆਪਣੇ ਹੋਏ ਬਗਾਨੇ ਮੇਰੇ ਆਪਣੇ ਹੋਏ ਬਗਾਨੇ ਲੋਕੀ ਮਾਰਨ ਮੇਣੇ ਤਾਨੇ ਲੋਕੀ ਮਾਰਨ ਮੇਰੇ ਤਾਨੇ ਸਾਡੇ ਆਪਣੇ ਹੋਏ ਬਗਾਨੇ ਸਾਡੇ ਆਪਣੇ ਹੋਏ ਬਗਾਨੇ
ਹੇ ਮਹਾਰਾਜ ਲੋਕੀ ਹੁਣ ਮਿਹਣੇ ਮਾਰਿਆ ਕਰਦੇ ਆਪਣੇ ਬਗਾਨੇ ਹੋਇਆ ਕਰਦੇ ਇਸ ਕਰਕੇ ਲੱਗੀ ਵੀ ਮਿਹਨਤਾਂ ਕਰਨ ਜੇ ਉਹ ਮਿਹਣੇ ਨਾ ਮਾਰਨ ਜੇ ਲੋਕ ਮਿਹਣੇ ਨਾ ਮਾਰਨ ਆਪਣੇ ਬਗਾਨੇ ਨਾ ਹੋਣ ਮੈਂ ਤਾਂ ਤੇਰੇ ਕੋਲ ਆਉਣੇ ਵਾਲੀ ਨਹੀਂ ਉਹ ਤੈਨੂੰ ਵੀ ਪਤਾ ਹੈ ਇਸੀ ਕਰਕੇ ਕਰਦੀ ਕਿਹਾ ਮੈਂ ਮਿਹਨਤਾਂ ਕਰਦੀ ਜੀ ਗੁਰੂ ਜੀ ਤੁਮ ਮੇਰੇ ਸਾਹਿਬ ਤੁਮ ਮੇਰੇ ਮੈਂ ਮਿਹਨਤਾਂ ਕਰਦੀ ਜੀ ਗੁਰੂ ਜੀ ਤੁਮ ਮੇਰੇ ਸਾਹਿਬ ਤੁਮ ਮੇਰੇ ਮੈਂ ਮਿਹਨਤਾਂ ਕਰਦੀ ਜੀ ਗੁਰੂ ਜੀ ਤੁਮ ਮੇਰੇ ਸਾਹਿਬ ਤੁਮ ਮੇਰੇ ਮਿਹਨਤਾਂ ਕਰਦੀ ਜੀ ਗੁਰੂ ਜੀ ਤੁਮ ਮੇਰੇ ਸਾਹਿਬ ਤੁਮ ਮੇਰੇ ਭਗਵਾਨ ਕਹਿੰਦੇ ਆ ਕੋਈ ਚਾਹੇ ਦੁਨੀਆਂ ਤੇ ਜੁੱਤੀਆਂ ਖਾ ਕੇ ਆਵੇ ਪਰ ਮੇਰੀ ਸ਼ਰਨ ਚ ਜਿਹੜਾ ਆ ਗਿਆ ਉਹਨੂੰ ਮੈਂ ਤਾਰ ਦਿਆ ਕਰਦਾ ਹੈ ਹੁਣ ਤੁਸੀਂ ਵੀ ਜਿੰਨੇ ਬੈਠੇ ਆ ਮੇਰੀ ਮਾਮਾ ਬੈਠੀਆਂ ਹੈ ਭੈਣਾਂ ਬੈਠੀਆਂ ਭਾਈ ਛੋਟੇ ਬੜੇ ਕੋਸ਼ਿਸ਼ ਕਰਿਆ ਕਰੋ ਦੇਖੋ ਅੱਜ ਅਸੀਂ ਤੁਸੀਂ ਬੈਠੇ ਹੈ ਤੁਹਾਡੇ ਬਹਾਨੇ ਮੈਂ ਵੀ ਬੈਠ ਗਿਆ ਅੱਧਾ ਘੰਟਾ ਹੀ ਸਹੀ ਅਸੀਂ ਰੱਬ ਨੂੰ ਤਾਂ ਯਾਦ ਕਰੇ ਲਿਆ ਮਹੀਨੇ 'ਚ ਜੇ ਚਾਰ ਵਾਰ ਵੀ ਅਸੀਂ ਯਾਦ ਕੀਤਾ ਉਹ ਘੰਟਾ ਘੰਟਾ ਮਹੀਨੇ ਦੇ ਚਾਰ ਘੰਟੇ ਹੋ ਗਏ ਸਾਲ ਨੂੰ ਕਰੋ ਤਾਂ 48 ਘੰਟੇ ਹੋ ਗਏ ਪੂਰੀ ਜ਼ਿੰਦਗੀ 'ਚ ਕੁਛ ਨਾ ਕੁਛ ਤਾਂ ਨਫ਼ਾ ਅਸੀਂ ਖੱਟੇ ਹੀ ਲੈਣਾ ਕੁਛ ਨਾ ਕੁਛ ਤਾਂ ਅਸਰ ਹੋਏਗਾ ਹੀ ਸਾਡਾ ਜੇ ਸਵਰਗ ਨੀ ਤਾਂ ਨਰਕ ਵੀ ਨਹੀਂ ਮਿਲੇਗਾ ਬੋਲੋ ਵਨੀ ਸ਼ੋਰ ਮਹਾਰਾਜ ਕੀ ਜੈ ਕੁਛ ਨਾ ਕੁਛ ਤਾਂ ਬਰਾਬਰ ਤਾਂ ਕੰਮ ਚੱਲੂਗਾ ਹੀ ਜੇ ਉੱਥੇ ਜੋਗੇ ਨਹੀਂ ਹੋਏ ਤਾਂ ਇੱਥੇ ਜੋਗੇ ਦੁਆਰਾ ਹੋ ਜਾਣਾ ਸੀ ਬੋਲੋ ਵਨੀ ਸ਼ੋਰ ਮਹਾਰਾਜ ਕੀ ਜੈ ਪਰ ਜੇ ਈਦੇ ਵੀ ਹੇਠਾਂ ਡਿੱਗੇ ਫਿਰ ਕੰਮ ਔਖਾ ਹੈ 84 ਲੱਖ ਜੂਨਾਂ ਏ ਇੱਕ ਇੱਕ ਸਾਲ ਵੀ ਇੱਕ ਇੱਕ ਜੂਨ ਚ ਸੁੰਡੀ ਗੰਡੋਏ ਝੜੇ ਬਣੇ 84 ਲੱਖ ਸਾਲ ਤੁਹਾਡੇ ਖਰਾਬ ਹੋ ਜਾਣੇ ਪਿਆਰੇ ਪਰ ਹੁਣ ਤੁਸੀਂ ਬੰਦੇ ਹੈ ਪਰ ਜੇ ਹੁਣ ਤੁਸੀਂ ਟਿਕੇ ਰਹੇ ਉੱਥੇ ਨਾ ਪੁੱਜਣ ਦੁਬਾਰਾ ਬੰਦੇ ਬਣ ਜਾਇਓ ਕਿਤੇ ਫਿਰ ਅਗਲੇ ਜਨਮ ਚ ਸਹੀ ਉਹ ਮੁਕਤੀ ਤਾਂ ਕਰੂੰਗਾ ਹੀ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਕਿਉਂਕਿ ਉਹ ਮੁਕਤੀ ਦਾ ਦਾਤਾ ਹੈ ਮੁਕਤੀ ਦੇਣ ਦੇ ਲਈ ਆਉਂਦਾ ਹੈ ਯੁਕਤੀ ਦੇ ਨਾਲ ਦੇ ਦਿਆ ਕਰਦਾ ਔਰ ਬਾਣੀ 'ਚ ਯੁਕਤੀਆਂ ਹੀ ਦੱਸੀਆਂ ਹੈ ਕਾਲੂ ਭਗਤ ਦੀ ਕਥਾ ਵੀ ਇੱਕ ਯੁਕਤੀ ਹੈ ਕਿ ਜਦ ਉਹ ਤਰ ਗਿਆ ਤਾਂ ਤੁਸੀਂ ਵੀ ਤਾਂ ਤਰੇ ਸਕਦੇ ਤੁਸੀਂ ਵੀ ਤਰ ਸਕਦੇ ਹੈ ਪਿਆਰਿਓ ਨਾਮ ਦੇਵ ਤਰਲੋਚਨ ਤਰ ਗਏ ਤਾਂ ਤੁਸੀਂ ਵੀ ਤਰ ਸਕਦੇ ਹੈ ਧੰਨਾ ਤਰਿਆ ਹੈ ਕੜਾ ਕੱਚਾ ਤਾਂ ਪਰ ਯਕੀਨ ਪੱਕਾ ਤਾਂ ਜਦ ਯਕੀਨ ਪੱਕਾ ਹੋ ਜਾਂਦਾ ਫਿਰ ਤਰ ਜਾਇਆ ਕਰਦੇ ਪਰ ਜਦ ਯਕੀਨ ਕਿਤੇ ਡਾਵਾਂ ਡੋਲ ਹੋ ਜਾਂਦਾ ਫਿਰ ਗੱਲ ਨਹੀਂ ਬਣਦੀ ਫਿਰ ਨਹੀਂ ਬਣਦੀ ਇਸ ਲਈ ਤੁਸੀਂ ਬਹੁਤ ਭਾਗਾਂ ਨੇ ਸਤਿਗੁਰ ਮਹਾਰਾਜ ਤੁਹਾਡੇ ਪਰ ਕਿਰਪਾ ਬਣਾ ਕੇ ਰੱਖਣ ਇੱਥੇ ਬਾਣੀ ਨੂੰ ਵਿਰਾਮ ਹੈ ਹੁਣ ਇੱਕ ਸ਼ਬਦ ਮਾਤਾ ਜੀ ਲਾਣਗੇ ਬੋਲੋ ਬੰਦੀ ਸ਼ੋਰ ਮਹਾਰਾਜ ਕੀ ਜੈ ਸਤਿਗੁਰ ਦੇਵ ਭਗਵਾਨ ਕੀ ਜੈ ਸ਼੍ਰੀ ਕਾਸ਼ੀ ਲਹਿਰ ਤਾਰਾ ਧਾਮ ਕੀ ਜੈ ਸ਼੍ਰੀ ਸੁਡਾਨੀ ਸਹਿਬ ਧਾਮ ਕੀ ਜੈ ਸ਼੍ਰੀ ਰਾਮਪੁਰ ਧਾਮ ਕੀ ਜੈ ਜਰੂਰ ਸਾਹਿਬ ਧਾਮ ਕੀ ਜੈ ਸਰਵ ਧਾਮੋ ਕੀ ਜੈ ਸਿੱਧ ਪੁਰਸ਼ ਸਮਾਧੀ ਵਾਲੇ ਮਹਾਰਾਜ ਕੀ ਜੈ ਸ਼ੰਕਰ ਭਗਵਾਨ ਕੀ ਜੈ ਬੰਦੀ ਸੋਣ
ਮਹਾਰਾਜ।